कि मित्रा साड़ी जिंदगी साड़ी मर्जी और ऐसी जो जी करता उही ओ चाहवांगे कि इन्नी छेती नहीं मरदे प्रधान और दस भी नाल ही लैके जावांगे। ਸਾਡੇ ਨਾਲ ਉਹ ਕਹਿੰਦੇ ਆ ਜਿਹਨੇ ਇਸ਼ਕ ਵਿੱਚ ਖਾਦੇ ਧੋਖੇ ਆ ਆ ਤੇਰੇ ਵਰਗੇ ਸ਼ਲਾਰੂਆਂ ਦੇ ਪਿਛਵਾੜੇ ਉੱਚ ਕਈ ਪਿੱਤਲ ਦੇ ਕਿਲ ਠੋਕੇ ਆ ਆ ਜਿਹੜੇ ਅਣਖੀ ਬੰਦੇ ਹੁੰਦੇ ਆ ਉਹ ਗਰੀਬਾਂ ਤੇ ਜ਼ੁਲਮ ਕਦੇ ਜਰਿਆ ਨਹੀਂ ਕਰਦੇ ਆ ਜਿਹੜੇ ਰੰਨਾਂ ਦਾ ਸ਼ੌਂਕ ਰੱਖਦੇ ਆ ਨਾ ਉਹ ਬਦਮਾਸ਼ੀ ਨਹੀਂ ਕਰਿਆ ਕਰਦੇ ਕਦੇ ਲੱਗੀ ਸਮਝ ਉਹ ਸਾਈਡ ਤੇ ਕਤੀੜੇ बदमाशी कोई हुंदी जवाकां दा खेल नहीं गिदड़ां नाल शेरां दा सलिया हुंदा कदे कोई मेल नहीं आ कोई बिना गल तो ललकारा मारे उदों हरक हुंदा आ 21 ते 26 च सलिया बहुत फर्क हुंदा आ 100 बार दा बल्लब तेरे पिंड किसे मोड़ ते जगदा आ आ घरे अपनी मम्मी नूं पता करके देखी आ जा 21 साल वाला या 26 साल वाला तेरा बुढ़ा लगदा आ आ ना लै साडे नाल पंगा तैनूं किन्नी वारी समझाया सी आ तेरे नालों पहला बुढ़ा जा बुढ़े तो पहला तू साल्या धरती ते आया सी घरे पता कर ली समझिया ओ साइड ते गिल्ली गिल्ली खू के बड़े चावान बाहर आए इन्हें सोची के पीजे आए आ और बाहर निकल के देखो तेरे जीजे आए आ आ ना ही अज तक बिना गल तो रखिया मैं किसी नाल रोस आ मेरे छोटे साले भी भौंकण लग गए जद तक रहा इन्हों का सजरा जीजा खामोश आ गन्ना तो फिर एक पासे पुत पानी वाली पचकारियां तो भी डरिया करेगा आ जदों दिता तेरे नूण मिर्च वाला घोटना आ रातां नूं उठ उठ के गिली गिली हू करिया करेगा आ नाल खड़ा मेरा यार मनप्रीत रंधावा टल जा जे साला टल हुंदा आ त्यारे बैठा तेरे पछवाड़े च देण नूं मिंजे दा पावा समझिया चल किसान बिकाऊ नहीं है मोदी किसान बिकाऊ नहीं है तू शासन बेच दे तू शासन बेच दे किसान बिकाऊ नहीं है अगर किसान कैसा नहीं होता किसान झंडे जा रहे तिरंगो झंडे है तिरंगो झंडे नहीं होते खालिस्तान के झंडे होते खालिस्तानी खालिस्तानी है सरकारां ने बड़ी हत्त चक ली बड़ी किसानां दी हिक ते लत रख ली चुप करके हुण सातों बह नहीं हुंदा आ बड़े देते सरकारां ने दुख हुण सातों सह नहीं हुंदा आ लैके किसानां तों वोटां मोदी हिक तण गया आ फिर अपनी केड़ी मां दी कुख च लुकेगा आ जे पंजाब दे विच फिर दुबारा खालिस्तान बन गया आ कौन हुंदे आ पंजाबी तैनूं चंगी तरां नाल समझाउणा पऊ आ मैनूं लगदा गुरु भिंडरावालिआं नूं फिर दुबारा मुड़ धरती ते ਆਉਣਾ ਪਊ ਸਮਝਿਆ ਉਹ ਸਾਈਡ ਤੇ ਗਿੱਲੀ ਗਿੱਲੀ ਤੇ ਜੰਗਲ ਦੇ ਜਾਨਵਰ ਤੇ ਪੰਛੀ ਇਕੱਠੇ ਹੋ ਕੇ ਸ਼ੇਰ ਨੂੰ ਕਹਿਣ ਤੂੰ ਇੱਥੋਂ ਨਿਕਲ ਜਾ ਤੇ ਸ਼ੇਰ ਦਾ ਪੁੱਤ ਹੁੰਦਾ ਤੂੰ ਚੱਡਿਆ ਦੇ ਪਾ ਕੇ ਨਿਕਲ ਆ ਮਹਿਲਾਂ ਨੂੰ ਛੱਡ ਕੇ ਕੁੱਲੀ ਚ ਕੋਈ ਕੋਈ ਖੜਦਾ ਤਕੜੇ ਦਾ ਹੱਥ ਛੱਡ ਕੇ ਗਰੀਬਾਂ ਦਾ ਹੱਥ ਕੋਈ ਕੋਈ ਫੜਦਾ ਆ ਗਰੀਬਾਂ ਤੇ ਕਿਸਾਨਾਂ ਨੂੰ ਸਰਕਾਰਾਂ ਖਾ ਗਈਆਂ ਨੋਚ ਨੋਚ ਕੇ ਆ ਜਿਹਨੇ ਕਿਸਾਨਾਂ ਦਾ ਦੁੱਖ ਕੱਲੇ ਕੱਲੇ ਗੀਤਾਂ ਚ ਬਿਆਨ ਕਰਤਾ ਸਦਕੇ ਜਾਵਾਂ ਮਾਨ ਸਾਹਿਬ ਤੇਰੀ ਸੋਚ ਬੱਬੂ ਮਾਨ ਆਏ ਮੈਨੂੰ ਬੱਬੂ ਮਾਨ ਨਹੀਂ ਪਸੰਦ ਬੁੱਢਾ ਤੇ ਹੋ ਗਿਆ ਉਹਦੇ ਵਿੱਚ ਕੁਛ ਹੈ ਤੇ ਹੈ ਨਹੀਂ ਬੱਬੂ ਮਾਨ ਦੇ ਵਿੱਚ ਤੁਸੀਂ ਕਿਉਂ ਬੱਬੂ ਮਾਨ ਦੇ ਫੈਨ ਹੋ ਤੋ ਥੋੜਾ ਮਾਡਰਨ ਬਣੋ ਨਵੇਂ ਨਵੇਂ ਸਿੰਗਰ ਆ ਰਹੇ ਨਵੇਂ ਸਿੰਗਰਸ ਨੂੰ ਸੁਣੋ ਛੱਡ ਦਿਓ ਪੁਰਾਣਿਆਂ ਨੂੰ ਪਤਾ ਨੀ ਕਿਉਂ ਉਹਨਾਂ ਨਾਲ ਹੀ ਚਿਪਕੇ ਪਏ ਆ ਬੱਬੂ ਮਾਨ ਬੱਬੂ ਮਾਨ ਬੁੱਲਾਂ ਤੇ ਲਾ ਲਈ ਸੁਰਖੀ ਸਿਰ ਦੇ ਵਿੱਚ ਰਹਿ ਗਿਆ ਸੈਂਪੂ ਤੇਰੀ ਬੈਕ ਦੇਖ ਕੇ ਲੱਗਦਾ ਤੂੰ ਇੱਕ ਨੰਬਰ ਦਾ ਟੈਂਪੂ ਕਨਕਰ ਤੂੰ ਮੇਰੇ ਕੋਲੇ ਮੈਂ ਤੈਨੂੰ ਸਾਰੀ ਗੱਲ ਸਮਝਾਵਾਂ ਬੱਬੂ ਦੀ ਗੱਲ ਕੀ ਕਰਦਾ ਮੈਂ ਤੇਰੇ ਧੁੰਨੀ ਤੱਕ ਪਹੁੰਚਾਵਾਂ ਆ ਟੈਂਸ਼ਨ ਨਾ ਤੂੰ ਲੈ ਜੀ ਮੈਂ ਵਹਿਮ ਤੇਰੇ ਸਾਰੇ ਕੱਢੂ ਜਿੱਦਣ ਆਇਆ ਮੇਰੇ ਮੂਹਰੇ ਤੇਰੇ ਹੱਥ ਖੜੇ ਕਰਾ ਕੇ ਛੱਡੂ ਸਮਝਿਆ ਉਹ ਸਾਈਡ ਤੇ ਗਿੱਲੀ ਗਿੱਲੀ ਸਾਈ ਲੋਕਾਂ ਦਾ ਕੋਈ ਹੱਥ ਨਹੀਂ ਲੋਕੀ ਦਾ ਯਾਰ ਸਾਈ ਤੇ ਆ ਕੇ ਉੱਤੇ ਪਵਾ ਪਾਗਲੇ
ਖਾਸਦਾਨ ਹੈ ਮੁਰਦਾਬਾਦ ਏਜੰਸੀਆਂ ਦੇ ਯਾਰ ਮੁਰਦਾਬਾਦ ਗੁਰਪਤਵੰਤ ਪੰਨੂ ਨੇ ਕਿਹਾ ਕਿ ਜਿਹੜਾ ਉਧਰ ਝੰਡਾ ਚਲਾਊਗਾ ਉਹਨੂੰ $2.5 lakh ਦਿੱਤਾ ਜਾਊਗਾ ਅੱਜ ਇੱਕ ਦੂਜੇ ਲਈ ਦਿਲਾਂ ਚ ਖੋਟ ਹੋ ਗਏ ਜਿਨ੍ਹਾਂ ਨੂੰ ਅਸੀਂ ਕਦੇ ਆਪਣਾ ਸਮਝਿਆ ਸੀ ਸਾਲੇ ਉਹੀ ਟੌਟ ਹੋ ਗਏ ਆ ਦੀਪ ਸਿੱਧੂ ਤੇ ਲੱਖੇ ਸਿਧਾਣੇ ਨੂੰ ਬੁਰਾ ਪਵਾਈ ਜਾਂਦੇ ਨੇ ਆ ਲੈ ਕੇ ਸਰਕਾਰੀ ਟੌਟ ਨਾਲ ਦੇਖੋ ਸਾਲੇ ਕਿਵੇਂ ਦਿਨੋ ਦਿਨ ਛਾਈ ਜਾਂਦੇ ਨੇ ਆ ਸਰਕਾਰਾਂ ਨਾਲ ਰਲ ਕੇ ਤੁਸੀਂ ਕਿਸਾਨਾਂ ਦਾ ਬੁਰਾ ਚਾਹੁੰਦੇ ਹੋ ਆ ਪੰਜਾਬ ਨਾਲ ਦਗਾ ਕਰਨ ਵਾਲੇ ਹੋ ਤੁਸੀਂ ਸਾਲੇ ਉਹ ਬੰਦਿਆਂ ਦੀ ਗਿਣਤੀ ਚ ਨਹੀਂ ਆ ਕੁੱਤਿਆਂ ਦੀ ਗਿਣਤੀ ਚ ਆਉਂਦੇ ਹੋ ਸਮਝਿਆ ਉਹ ਸਾਈਡ ਤੇ ਗਿੱਲੀ ਗਿੱਲੀ ਓਏ ਤੂੰ ਸਾਨੂੰ ਮਾਰਨ ਦੀ ਗੱਲ ਕਰਦਾ ਹੈ ਅਸੀਂ ਤਾਂ ਪਹਿਲਾਂ ਹੀ ਜਮਦੂਤਾ ਚਾਹੁੰਦੇ ਹਾਂ ਓਏ ਜਿਹੜੀ ਮੌਤ ਦੀ ਪੂਜਾ ਤੂੰ ਕਰਦਾ ਨਾ ਓਏ ਇਹਨੂੰ ਅਸੀਂ ਮੰਜੇ ਨਾ ਬੰਨ ਕੇ ਸੌਂਦੇ ਹਾਂ ਲੋਕ ਟੱਪਾ ਵਿੱਚ ਲੈਣਾ ਕਰੂਦੇ ਮੁੰਡਾ ਹੈ ਜਿੱਦੀ ਬਬੂਦ ਰੱਖਦਾ ਆ ਜੇ ਤੂੰ ਫੈਨ ਸਿੱਧੂ ਦਾ ਮੈਂ ਵੀ ਚੇਲਾ ਬੱਬੂ ਮਾਨਦਾ ਤੇਰੀ ਕਿੰਨੀ ਔਕਾਤ ਸਾਲਿਆ ਮੈਂ ਚੰਗੇ ਤਰੀਕੇ ਨਾਲ ਜਾਣਦਾ ਟਲ ਗਿਆ ਜੇ ਟਲ ਹੁੰਦਾ ਨਹੀਂ ਤਾਂ ਸਾਡੇ ਵਾਲੇ ਅੜਬ ਪੰਜਾਬੀ ਦੇ ਗਾਣੇ ਵਾਂਗੂ ਤੇਰੇ ਹੱਡ ਭੰਨਣਗੇ ਆ ਜਿਹੜੇ ਰਿਪਲਾਈਆਂ ਚ ਕੁੜੀਆਂ ਨੂੰ ਘਰੋਂ ਕੱਢਦੇ ਨੇ ਉਹ ਕਾਲ ਸਾਲੇ ਕਿੱਥੇ ਪਾਵੇ ਨਾਲ ਬੰਨਣਗੇ ਆ ਟੈਨਸ਼ਨ ਕਾਹਤੋਂ ਲੈ ਗਿਆ ਅਸੀਂ ਤੇਰੇ ਨਾਲ ਵੀ ਖਹਿ ਜਾਂਗੇ ਜਿੱਦਣ ਦਿਲ ਕੀਤਾ ਸਾਲਿਆ ਪਛਵਾੜੇ ਚ ਬਾਂਹ ਪਾ ਕੇ ਲੈ ਜਾਂਗੇ ਸਮਝਿਆ ਉਹ ਸਾਈਡ ਤੇ ਕਿੰਨੀ ਕਿੰਨੀ ਕਾਲੀ ਕਤੀੜ ਓਏ ਤੂੰ ਸਾਨੂੰ ਮਾਰਨ ਦੀ ਗੱਲ ਕਰਦਾ ਹੈ ਅਸੀਂ ਤਾਂ ਪਹਿਲਾਂ ਹੀ ਜਮਦੂਤਾ ਚਾਹੁੰਦੇ ਹਾਂ ਓਏ ਜਿਹੜੀ ਮੌਤ ਦੀ ਪੂਜਾ ਤੂੰ ਕਰਦਾ ਨਾ ਓਏ ਇਹਨੂੰ ਅਸੀਂ ਮੰਜੇ ਨਾ ਬੰਨ ਕੇ ਸੌਂਦੇ ਹਾਂ ਆ ਜੇ ਤੂੰ ਫੈਨ ਸਿੱਧੂ ਦਾ ਮੈਂ ਵੀ ਚੇਲਾ ਬੱਬੂ ਮਾਨਦਾ ਤੇਰੀ ਕਿੰਨੀ ਔਕਾਤ ਸਾਲਿਆ ਮੈਂ ਚੰਗੇ ਤਰੀਕੇ ਨਾਲ ਜਾਣਦਾ ਟਲ ਗਿਆ ਜੇ ਟਲ ਹੁੰਦਾ ਨਹੀਂ ਤਾਂ ਸਾਡੇ ਵਾਲੇ ਅੜਬ ਪੰਜਾਬੀ ਦੇ ਗਾਣੇ ਵਾਂਗੂ ਤੇਰੇ ਹੱਡ ਭੰਨਣਗੇ ਆ ਜਿਹੜੇ ਰਿਪਲਾਈਆਂ ਚ ਕੁੜੀਆਂ ਨੂੰ ਘਰੋਂ ਕੱਢਦੇ ਨੇ ਉਹ ਕਾਲ ਸਾਲੇ ਕਿੱਥੇ ਪਾਵੇ ਨਾਲ ਬੰਨਣਗੇ ਆ ਟੈਨਸ਼ਨ ਕਾਹਤੋਂ ਲੈ ਗਿਆ ਅਸੀਂ ਤੇਰੇ ਨਾਲ ਵੀ ਖਹਿ ਜਾਂਗੇ ਜਿੱਦਣ ਦਿਲ ਕੀਤਾ ਸਾਲਿਆ ਪਛਵਾੜੇ ਚ ਬਾਂਹ ਪਾ ਕੇ ਲੈ ਜਾਂਗੇ ਸਮਝਿਆ ਉਹ ਸਾਈਡ ਤੇ ਕਿੰਨੀ ਕਿੰਨੀ ਕਾਲੀ ਕਤੀੜ ਤੂੰ ਜਿੱਧਰ ਨੂੰ ਲਗਾਮ ਖਿੱਚੇ ਉਧਰ ਨੂੰ ਤੁਰ ਪਈਏ ਓਏ ਅਸੀਂ ਕਿਹੜਾ ਢੱਗੇ ਆ ਕਿ ਗੱਲ ਗੱਲ ਤੇ ਕਹਿਣੀ ਹੈ ਕਿ ਛੱਡ ਜਾਣਾ ਓਏ ਜਾਣਾ ਹੈ ਤੇ ਜਾ ਸੌਰੀ ਦੀਏ ਤੇਰੇ ਥੱਲੇ ਲੱਗੇ ਆ ਜਿਨ੍ਹਾਂ ਨੂੰ ਦਬਾਉਣ ਨੂੰ ਫਿਰਦਾ ਸਾਲਿਆ ਉਹ ਕਦੇ ਦੱਬਦੇ ਨਹੀਂ ਸਾਡੇ ਬੰਦੇ ਲਾਪਤਾ ਕਿਤੇ ਧਰਤੀ ਤੇ ਇੰਨੀ ਛੇਤੀ ਲੱਭਦੇ ਨਹੀਂ ਔਰ ਨਾਲ ਆ ਮਾਂ ਦੇ ਫੈਨ ਨਾਲ ਪੰਗੇ ਸਾਲਿਆ ਆਪਣੇ ਨਾਲਦਿਆਂ ਨੂੰ ਸਮਝਾਇਆ ਕਰੇਗਾ ਔਰ ਜਿੱਦਣ ਯਾਰਾਂ ਦਾ ਹੱਥ ਫਿਰ ਗਿਆ ਸਾਲਿਆ ਆਪਣੀ ਜਨਾਨੀ ਨੂੰ ਵੀ ਭੈਣ ਕਹਿ ਕੇ ਬੁਲਾਇਆ ਕਰੇਗਾ ਅਗਲੇ ਪਿਛਲੇ ਮੈਂ ਮਨਪ੍ਰੀਤ ਰੰਧਾਵਾ ਤੇਰੇ ਪੂਰੇ ਕੱਢੂਗਾ ਲੋਕਾਂ ਦੀਆਂ ਕੁੜੀਆਂ ਨੂੰ ਮਾੜਾ ਬੋਲਣ ਵਾਲਿਆ ਆਪਣੀ ਸਾਂਭ ਕੇ ਰੱਖ ਤੇਰੀ ਭੈਣ ਕਿਹੜਾ ਕੋਈ ਬਗਾਨਾ ਪੁੱਤ ਛੱਡੂਗਾ ਲੱਗੀ ਸਮਝ ਉਹ ਸਾਈਡ ਤੇ ਕਤੀੜੇ ਜੀ ਇਹ ਚਾਰ ਕੈਲੰਡਰ ਜੇ ਉੱਠ ਕੇ ਫੇਰ ਆ ਗਏ ਆ ਕਹਿੰਦੇ ਸੀ ਬੱਬੂ ਆ ਗਿਆ ਬੱਬੂ ਆ ਗਿਆ ਇਹ ਬੱਬੂ ਉਦੋਂ ਕਿੱਥੇ ਸੀ ਜਦੋਂ ਧਰਨਾ ਸ਼ੁਰੂ ਹੋਇਆ ਸੀ ਅਤੇ ਉਦੋਂ ਕਿੱਥੇ ਸੀ ਬੱਬੂ ਜਦੋਂ ਫੁਹਾਰੇ ਚੱਲਣ ਦੇ ਸੀ ਜਦੋਂ ਗੈਸ ਦੇ ਗੋਲੇ ਸੁੱਟਣ ਦੇ ਸੀ ਠੀਕ ਆ ਜਦੋਂ ਲਾਠੀਆਂ ਵਰਨ ਦੀਆਂ ਸੀ ਹੁਣ ਦਿੱਲੀ ਦੇ ਵਿੱਚ ਐਂਟਰ ਹੋ ਗਏ ਅਤੇ ਹੁਣ ਜਾ ਕੇ ਬੱਬੂ ਉੱਥੇ ਖੜਾ ਹੋ ਗਿਆ ਠੀਕ ਤੁਸੀਂ ਢੱਕੇ ਰਹੋ ਬੱਬੂ ਨੇ ਕਿਸਾਨਾਂ ਦੇ ਹੱਕ ਦੀ ਗੱਲ ਪਹਿਲਾਂ ਹੀ ਕਰਕੇ ਛੱਡੀ ਆ ਜਿਨ੍ਹਾਂ ਨੂੰ ਤੂੰ ਲੈਂਡਰ ਦੱਸਦਾ ਸਾਲਿਆ ਉਹਨਾਂ ਨੇ ਕਿਹੜਾ ਤੇਰੀ ਭੈਣ ਕੱਢੀ ਆ ਆ ਮਾਨ ਦੇ ਫੈਨਾਂ ਨਾਲ ਪੰਗਾ ਨਾ ਲੈ ਇਹਨਾਂ ਤੋਂ ਪਾਸਾ ਵੱਟ ਲਾ ਆ ਫੋਨ ਤੇ ਭੌਂਕਣ ਨਾਲ ਕੁਛ ਨਹੀਂ ਆਉਣਾ ਓਏ ਜੋ ਵੀ ਪੱਟਣਾ ਸਾਹਮਣੇ ਪੱਟ ਲਾ ਸਮਝਿਆ ਉਹ ਸਾਈਡ ਤੇ ਸਾਡੇ ਏਰੀਏ ਚ ਅੱਖ ਕਿਹੜਾ ਚੱਕ ਲਊ ਇੰਨਾ ਹੈ ਨਹੀਂ ਗੱਤ ਸੇ ਦੇ ਵਿੱਚ ਜਿਹੜਾ